welcom friends ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੁਹਾਡੇ ਆਪਣੀ YouTube ਚੈਨਲ ਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਕਰਨ ਜਾ ਰਹੇ ਹਾਂ ਜੀ ਐਂਟੀਟੀ ਪ੍ਰੀ ਪ੍ਰਾਇਮਰੀ ਪੋਸਟਾਂ ਦੇ ਲਈ ਜੀਕੇ ਇੰਪੋਰਟੈਂਟ ਟਾਪਿਕ ਟ੍ਰੈਡੀਸ਼ਨਲ ਗੇਮਸ ਲੋਕ ਖੇਡਾਂ ਬਹੁਤ ਹੀ ਇੰਪੋਰਟੈਂਟ ਕੁਐਸ਼ਨਸ ਨੇ ਪਲੀਜ਼ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਣਾ ਜੀ ਆਓ ਸ਼ੁਰੂ ਕਰਦੇ ਹਾਂ ਜੀ ਆਪਣਾ ਫਰਸਟ ਕੁਐਸ਼ਨ ਹੈ ਲੋਕ ਖੇਡਾਂ ਬਾਰੇ ਕਿਹੜਾ ਕਥਨ ਸਹੀ ਨਹੀਂ ਹੈ ਆਪਾਂ ਨੇ ਦੱਸਣਾ ਹੈ ਜੀ ਲੋਕ ਖੇਡਾਂ ਬਾਰੇ ਕਿਹੜਾ ਕਥਨ ਸਹੀ ਨਹੀਂ ਹੈ ਤਾਂ ਇਸ ਕੁਸ਼ਨ ਦਾ ਆਪਣਾ ਸਹੀ ਉੱਤਰ ਹੈ ਜੀ ਆਪਸ਼ਨ ਬੀ ਕੜੜੇ ਨਿਜਮ ਅਧੀਨ ਖੇਡੀਆਂ ਜਾਂਦੀਆਂ ਹਨ ਇਹ ਜਿਹੜਾ ਕਥਨ ਹੈ ਜੀ ਲੋਕ ਖੇਡਾਂ ਬਾਰੇ ਸਹੀ ਨਹੀਂ ਹੈ ਲੋਕ ਖੇਡਾਂ ਦੇ ਵਿੱਚ ਕੋਈ ਕੜੜੇ ਨਿਜਮ ਨਹੀਂ ਹੁੰਦੇ ਜੀ ਇਸ ਤਰ੍ਹਾਂ ਇਸ ਕੁਸ਼ਨ ਦੇ ਅਕੋਰਡਿੰਗ ਆਪਣੀ ਆਪਸ਼ਨ ਬੀ ਕਰੈਕਟ ਹੈ ਜੀ ਅਗਲਾ ਪ੍ਰਸ਼ਨ ਲੈਂਦੇ ਹਾਂ ਜੀ ਲੋਕ ਖੇਡਾਂ ਵਿੱਚ ਟੋਲੀਆਂ ਦੀ ਚੋਣ ਲਈ ਬਣੇ ਨਿਜਮ ਨੂੰ ਆਖਿਆ ਜਾਂਦਾ ਹੈ ਇਸ ਕੁਸ਼ਨ ਦਾ ਆਪਣਾ ਸਹੀ ਉੱਤਰ ਹੈ ਜੀ ਆਪਸ਼ਨ ਸੀ ਆੜੀ ਮੜਿਕਣਾ ਆਖਿਆ ਜਾਂਦਾ ਹੈ ਜੀ ਲੋਕ ਖੇਡਾਂ ਦੇ ਵਿੱਚ ਟੋਲੀਆਂ ਦੀ ਚੋਣ ਲਈ ਬਣੇ ਨਿਯਮ ਨੂੰ ਇਸ ਤਰ੍ਹਾਂ ਆਪਣੀ ਆਪਸ਼ਨ ਸੀ ਕਰੈਕਟ ਹੈ ਜੀ ਅਗਲਾ ਪ੍ਰਸ਼ਨ ਲੈਂਦੇ ਹਾਂ ਜੀ ਹੇਠ ਲਿਖਿਆਂ ਵਿੱਚੋਂ ਨੌਜਵਾਨਾਂ ਦੁਆਰਾ ਖੇਡੀ ਜਾਂਦੀ ਲੋਕ ਖੇਡ ਕਿਹੜੀ ਹੈ ਇਸ ਕੁਸ਼ਨ ਦਾ ਆਪਣਾ ਸਹੀ ਉੱਤਰ ਹੈ ਜੀ ਆਪਸ਼ਨ ਸੀ ਮੂਂਗਲੀਆਂ ਫੇਰਨਾ ਜਿਹੜੀ ਇਹ ਲੋਕ ਖੇਡ ਹੈ ਜੀ ਨੌਜਵਾਨਾਂ ਦੁਆਰਾ ਖੇਡੀ ਜਾਂਦੀ ਹੈ ਜੀ ਇਸ ਤਰ੍ਹਾਂ ਆਪਣੀ ਆਪਸ਼ਨ ਸੀ ਕਰੈਕਟ ਹੈ ਜੀ ਅਗਲਾ ਪ੍ਰਸ਼ਨ ਲੈਂਦੇ ਹਾਂ ਜੀ ਪੰਜਾਬੀਆਂ ਦੀ ਰਾਸ਼ਟਰੀ ਖੇਡ ਕਿਹੜੀ ਹੈ ਪੰਜਾਬੀਆਂ ਦੀ ਰਾਸ਼ਟਰੀ ਖੇਡ ਕਿਹੜੀ ਹੈ ਜੀ ਤਾਂ ਆਪਣਾ ਇਸ ਕੁਸ਼ਨ ਦਾ ਸਹੀ ਉੱਤਰ ਹੈ ਜੀ অপਸ਼ਨ B ਕਬੱਡੀ ਹੈ ਜੀ ਪੰਜਾਬੀਆਂ ਦੀ ਰਾਸ਼ਟਰੀ ਖੇਡ ਇਸ ਤਰ੍ਹਾਂ ਆਪਣੀ অপਸ਼ਨ B ਕਰੈਕਟ ਹੈ ਜੀ ਫਰੈਂਡਸ ਜੇਕਰ ਵੀਡੀਓ ਵਧੀਆ ਲੱਗ ਰਹੀ ਹੋਵੇ ਤਾਂ ਪਲੀਜ਼ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਜੀ ਨੈਕਸਟ ਕੁਸ਼ਨ ਲੈਂਦੇ ਹਾਂ ਜੀ ਹੇਠ ਲਿਖਿਆਂ ਵਿੱਚੋਂ ਕਬੱਡੀ ਖੇਡ ਦੀ ਕਿਸਮ ਕਿਹੜੀ ਹੈ ਇਹਨਾਂ ਦੇ ਵਿੱਚੋਂ ਕਬੱਡੀ ਖੇਡ ਦੀ ਕਿਸਮ ਕਿਹੜੀ ਹੈ ਜੀ ਤਾਂ ਆਪਣਾ ਇਸ ਕੁਐਸਚਨ ਦਾ ਸਹੀ ਉੱਤਰ ਹੈ ਜੀ ਆਪਸ਼ਨ ਡੀ ਉਪਰੋਕਤ ਸਾਰੇ ਜਿਹੜੀਆਂ ਆਪਸ਼ਨਸ ਨੇ ਕਰੈਕਟ ਨੇ ਜੀ ਇਹ ਸਾਰੀਆਂ ਹੀ ਕਬੱਡੀ ਖੇਡ ਦੇ ਕਿਸਮਾਂ ਨੇ ਜਿਵੇਂ ਕਿ ਲੰਮੀ ਕੌਡੀ ਗੂੰਗੀ ਕੌਡੀ ਤੇ ਸੋਚੀ ਪੱਕੀ ਇਸ ਤਰ੍ਹਾਂ ਆਪਣੀ ਆਪਸ਼ਨ ਡੀ ਕਰੈਕਟ ਹੈ ਜੀ ਅਗਲਾ ਪ੍ਰਸ਼ਨ ਲੈਂਦੇ ਹਾਂ ਜੀ ਸ਼ਿਪਾਰ ਦੇ ਮੇਲੇ ਤੇ ਕਿਹੜੀ ਖੇਡ ਦੇ ਮੁਕਾਬਲੇ ਹੋਇਆ ਕਰਦੇ ਸਨ ਸ਼ਿਪਾਰ ਦੇ ਮੇਲੇ ਤੇ ਕਿਹੜੀ ਖੇਡ ਦੇ ਮੁਕਾਬਲੇ ਹੋਇਆ ਕਰਦੇ ਸਨ ਤਾਂ ਇਸ ਕੁਐਸਚਨ ਦਾ ਆਪਣਾ ਸਹੀ ਉੱਤਰ ਹੈ ਜੀ ਆਪਸ਼ਨ ਸੀ ਸੋਚੀ ਪੱਕੀ ਜਿਹੜੀ ਖੇਡ ਹੈ ਜੀ ਛਪਾਰ ਦੇ ਮੇਲੇ ਤੇ ਉਸ ਦੇ ਮੁਕਾਬਲੇ ਹੋਇਆ ਕਰਦੇ ਸੀ ਜੀ ਇਸ ਤਰ੍ਹਾਂ ਆਪਣੀ ਆਪਸ਼ਨ ਸੀ ਕਰੈਕਟ ਹੈ ਜੀ ਨੈਕਸਟ ਕੁਐਸਚਨ ਲੈਂਦੇ ਹਾਂ ਜੀ ਸੋਚੀ ਪੱਕੀ ਖੇਡ ਕਿਹੜੀ ਖੇਡ ਨਾਲ ਮਿਲਦੀ ਜੁਲਦੀ ਹੈ ਸੋਚੀ ਪੱਕੀ ਖੇਡ ਕਿਹੜੀ ਖੇਡ ਨਾਲ ਮਿਲਦੀ ਜੁਲਦੀ ਹੈ ਜੀ ਤਾਂ ਆਪਣਾ ਇਸ ਕੁਐਸਚਨ ਦਾ ਸਹੀ ਉੱਤਰ ਹੈ ਜੀ ਆਪਸ਼ਨ ਬੀ ਬਾਕਸਿੰਗ ਖੇਡ ਦੇ ਨਾਲ ਮਿਲਦੀ ਜੁਲਦੀ ਹੈ ਜੀ ਸੋਚੀ ਪੱਕੀ ਖੇਡ ਇਸ ਤਰ੍ਹਾਂ ਆਪਣੀ ਆਪਸ਼ਨ ਬੀ ਕਰੈਕਟ ਹੈ ਜੀ ਨੈਕਸਟ ਕੁਐਸਚਨ ਲੈਂਦੇ ਹਾਂ ਜੀ ਖਿੱਦੋ ਖੁੰਡੀ ਦੀ ਥਾਂ ਹੁਣ ਕਿਹੜੀ ਖੇਡ ਨੇ ਲੈ ਲਈ ਹੈ ਖਿੱਦੋ ਖੁੰਡੀ ਦੀ ਥਾਂ ਹੁਣ ਕਿਹੜੀ ਖੇਡ ਨੇ ਲੈ ਲਈ ਹੈ ਤਾਂ ਆਪਣਾ ਇਸ ਕੁਸ਼ਨ ਦਾ ਸਹੀ ਉੱਤਰ ਹੈ ਜੀ ਆਪਸ਼ਨ ਬੀ ਹਾਕੀ ਖੇਡ ਨੇ ਲੈ ਲਈ ਹੈ ਜੀ ਖਿੱਦੋ ਖੁੰਡੀ ਖੇਡ ਦੀ ਥਾਂ ਇਸ ਤਰ੍ਹਾਂ ਆਪਣੀ ਆਪਸ਼ਨ ਬੀ ਕਰੈਕਟ ਹੈ ਜੀ ਫਰੈਂਡਸ ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਐਂਟੀਟੀ ਪ੍ਰੀ ਪ੍ਰਾਇਮਰੀ ਐਗਜ਼ਾਮ ਤੋਂ ਬਾਅਦ 28 ਤਰੀਕ ਨੂੰ ਇਸ ਚੈਨਲ ਤੇ ਪੀਐਸ ਟੈਟ ਤੇ ਸੀ ਟੈਟ ਦੀ ਜਿਹੜੀਆਂ ਵੀਡੀਓਜ਼ ਨੇ ਉਹ ਅਪਲੋਡ ਕੀਤੀਆਂ ਜਾਣਗੀਆਂ ਜੀ ਤਾ ਪਲੀਜ਼ ਵੀਡੀਓ ਨੂੰ ਜ਼ਰੂਰ ਦੇਖਣਾ ਅਗਲਾ ਪ੍ਰਸ਼ਨ ਲੈਂਦੇ ਹਾਂ ਜੀ ਲੂਨ ਤੇਲ ਲੱਲੇ ਖੇਡ ਕਿਹੜੀ ਖੇਡ ਵਿੱਚ ਬਦਲ ਗਈ ਹੈ ਲੂਨ ਤੇਲ ਲੱਲੇ ਕਿਹੜੀ ਖੇਡ ਵਿੱਚ ਬਦਲ ਗਈ ਹੈ ਜੀ ਇਹ ਖੇਡ ਦੱਸਣਾ ਹੈ ਜੀ ਆਪਾਂ ਨੇ ਤਾਂ ਆਪਣਾ ਇਸ ਕੁਸ਼ਨ ਦਾ ਸਹੀ ਉੱਤਰ ਹੈ ਜੀ ਆਪਸ਼ਨ ਡੀ ਕ੍ਰਿਕਟ ਖੇਡ ਦੇ ਵਿੱਚ ਬਦਲ ਗਈ ਹੈ ਜੀ ਲੂਨ ਤੇਲ ਲੱਲੇ ਇਸ ਤਰ੍ਹਾਂ ਆਪਣੀ ਆਪਸ਼ਨ ਡੀ கரੈਕਟ ਹੈ ਜੀ ਅਗਲਾ ਪ੍ਰਸ਼ਨ ਲੈਂਦੇ ਹਾਂ ਜੀ ਹੇਠ ਲਿਖਿਆਂ ਵਿੱਚੋਂ ਕੁੜੀਆਂ ਦੀ ਹਰਮਨ ਪਿਆਰੀ ਲੋਕ ਖੇਡ ਕਿਹੜੀ ਹੈ ਇਹਨਾਂ ਦੇ ਵਿੱਚੋਂ ਕੁੜੀਆਂ ਦੀ ਹਰਮਨ ਪਿਆਰੀ ਲੋਕ ਖੇਡ ਕਿਹੜੀ ਹੈ ਜੀ ਤਾਂ ਆਪਣਾ ਇਸ ਕੁਸ਼ਨ ਦਾ ਸਹੀ ਉੱਤਰ ਹੈ ਜੀ ਆਪਸ਼ਨ ਸੀ ਅੱਡੀ ਛੜੱਪਾ ਇਸ ਤਰ੍ਹਾਂ ਆਪਣੀ ਆਪਸ਼ਨ ਸੀ ਕਰੈਕਟ ਹੈ ਜੀ ਅਗਲਾ ਪ੍ਰਸ਼ਨ ਲੈਂਦੇ ਹਾਂ ਜੀ ਬਾਂਦਰ ਕਿਲਾ ਆਮ ਤੌਰ ਤੇ ਕਿਹੜੀ ਰੁੱਤ ਦੀ ਖੇਡ ਹੈ ਬਾਂਦਰ ਕਿਲਾ ਆਮ ਤੌਰ ਤੇ ਕਿਹੜੀ ਰੁੱਤ ਦੀ ਖੇਡ ਹੈ ਤਾਂ ਆਪਣਾ ਸਹੀ ਆਨਸਰ ਹੈ ਜੀ অপਸ਼ਨ ਡੀ ਸਰਦੀ ਰੁੱਤ ਦੀ ਖੇਡ ਹੈ ਜੀ ਬਾਂਦਰ ਕਿਲਾ ਇਸ ਤਰ੍ਹਾਂ ਆਪਣੀ অপਸ਼ਨ ਡੀ கரੈਕਟ ਹੈ ਜੀ ਨੈਕਸਟ ਕੁਐਸਚਨ ਲੈਂਦੇ ਹਾਂ ਜੀ ਬੋੜਾ ਖੂ ਅਤੇ 12 ਟਾਣੀ ਕਿਸ ਦੁਆਰਾ ਖੇਡੀਆਂ ਜਾਂਦੀਆਂ ਲੋਕ ਖੇਡਾਂ ਸਨ ਇਹ ਦੋ ਲੋਕ ਖੇਡਾਂ ਨੇ ਜੀ ਬੋੜਾ ਖੂ ਅਤੇ 12 ਟਾਣੀ ਦੱਸਣੀ ਹੈ ਦੱਸਣਾ ਹੈ ਜੀ ਆਪਾਂ ਨੇ ਇਹ ਜਿਹੜੀਆਂ ਲੋਕ ਖੇਡਾਂ ਨੇ ਕਿਸ ਦੇ ਦੁਆਰਾ ਖੇਡੀਆਂ ਜਾਂਦੀਆਂ ਸਨ ਤਾਂ ਆਪਣਾ ਇਸ ਕੁਐਸਚਨ ਦਾ ਸਹੀ ਉੱਤਰ ਹੈ ਜੀ অপশন এ বুজੁਰਗਾਂ ਦੁਆਰਾ ਖੇਡੀਆਂ ਜਾਂਦੀਆਂ ਇਹ ਖੇਡਾਂ ਨੇ ਜੀ ਲੋਕ ਖੇਡਾਂ ਜਿਸ ਤਰ੍ਹਾਂ ਕਿ ਬੋੜਾ ਖੂਹ ਅਤੇ 12 ਟਾਣੀ ਇਸ ਤਰ੍ਹਾਂ ਆਪਣੀ অপশন এ கரੈਕਟ ਹੈ ਜੀ ਅਗਲਾ ਪ੍ਰਸ਼ਨ ਲੈਂਦੇ ਹਾਂ ਜੀ ਕਿਹੜੀ ਲੋਕ ਖੇਡ ਦਾ ਨਾਂ ਚੀਰਾ ਅਤੇ ਪੂਰਨਕਾ ਵੀ ਹੈ ਇਹਨਾਂ ਦੇ ਵਿੱਚੋਂ ਦੱਸਣਾ ਹੈ ਜੀ ਕਿਹੜੀ ਲੋਕ ਖੇਡ ਦਾ ਨਾਂ ਚੀਰਾ ਅਤੇ ਪੂਰਨਕਾ ਵੀ ਹੈ ਤਾਂ ਆਪਣਾ ਇਸ ਕੁਐਸਚਨ ਦਾ ਰਾਈਟ ਆਨਸਰ ਹੈ ਜੀ অপশন এ ਖੱਡਾ ਜਿਹੜੀ ਖੇਡ ਹੈ ਜੀ ਇਸ ਦਾ ਨਾਂ ਚੀਰਾ ਅਤੇ ਪੂਰਨਕਾ ਵੀ ਹੈ ਜੀ ਇਸ ਤਰ੍ਹਾਂ ਆਪਣੀ ਆਪਸ਼ਨ A கரੈਕਟ ਹੈ ਜੀ ਨੈਕਸਟ ਕੁਐਸਚਨ ਲੈਂਦੇ ਹਾਂ ਜੀ 12 ਟਾਣੀ ਖੇਡ ਵਿੱਚ ਕਿੰਨੇ ਖਿਡਾਰੀ ਹੁੰਦੇ ਹਨ ਬਜ਼ੁਰਗਾਂ ਦੁਆਰਾ ਖੇਡੀ ਜਾਂਦੀ ਜਿਹੜੀ ਖੇਡ ਲੋਕ ਖੇਡ 12 ਟਾਣੀ ਉਸ ਦੇ ਵਿੱਚ ਕਿੰਨੇ ਖਿਡਾਰੀ ਹੁੰਦੇ ਹਨ ਜੀ ਤਾਂ ਆਪਣਾ ਇਸ ਕੁਐਸਚਨ ਦਾ ਸਹੀ ਉੱਤਰ ਹੈ ਜੀ ਆਪਸ਼ਨ C ਦੋ ਖਿਡਾਰੀ ਹੁੰਦੇ ਹਨ ਜੀ ਇਸ ਦੇ ਵਿੱਚ 12 ਟਾਣੀ ਖੇਡ ਦੇ ਵਿੱਚ ਇਸ ਤਰ੍ਹਾਂ ਆਪਣੀ ਆਪਸ਼ਨ C கரੈਕਟ ਹੈ ਜੀ ਅਗਲਾ ਪ੍ਰਸ਼ਨ ਲੈਂਦੇ ਹਾਂ ਜੀ ਡੰਡ ਪੜਾਂਗੜਾ ਕਿਹੜੀ ਰੁੱਤ ਵਿੱਚ ਖੇਡੀ ਜਾਣ ਵਾਲੀ ਖੇਡ ਹੈ ਡੰਡ ਪੜਾਂਗੜਾ ਕਿਹੜੀ ਰੁੱਤ ਦੀ ਖੇਡ ਹੈ ਜੀ ਆਪਣੇ ਦੱਸਣਾ ਹੈ ਜੀ ਤਾਂ ਇਸ ਕੁਐਸਚਨ ਦਾ ਸਹੀ ਉੱਤਰ ਹੈ ਜੀ ਆਪਸ਼ਨ ਏ ਗਰਮੀ ਦੀ ਰੁੱਤ ਦੀ ਖੇਡ ਹੈ ਜੀ ਡੰਡ ਪੜਾਂਗੜਾ ਇਸ ਤਰ੍ਹਾਂ ਆਪਣੀ ਆਪਸ਼ਨ ਏ ਕਰੈਕਟ ਹੈ ਜੀ ਅਗਲਾ ਪ੍ਰਸ਼ਨ ਲੈਂਦੇ ਹਾਂ ਜੀ ਥਾਲ ਕਿਸ ਦੁਆਰਾ ਖੇਡੀ ਜਾਣ ਵਾਲੀ ਲੋਕ ਖੇਡ ਹੈ ਆਪਾਂ ਨੇ ਦੱਸਣਾ ਹੈ ਜੀ ਜਿਹੜੀ ਥਾਲ ਲੋਕ ਖੇਡ ਹੈ ਇਹ ਕਿਹਨਾਂ ਦੁਆਰਾ ਖੇਡੀ ਜਾਂਦੀ ਹੈ ਤਾਂ ਆਪਣਾ ਸਹੀ ਉੱਤਰ ਹੈ ਜੀ অপਸ਼ਨ A ਕੁੜੀਆਂ ਦੁਆਰਾ ਖੇਡੀ ਜਾਂਦੀ ਲੋਕ ਖੇਡ ਹੈ ਜੀ ਥਾਲ ਇਸ ਤਰ੍ਹਾਂ ਆਪਣੀ অপਸ਼ਨ A கரੈਕਟ ਹੈ ਜੀ ਨੈਕਸਟ ਕੁਐਸਚਨ ਲੈਂਦੇ ਹਾਂ ਜੀ ਅੱਡੀ ਛੜੱਪਾ ਖੇਡ ਕਿੰਨੀਆਂ ਟੋਲੀਆਂ ਵਿੱਚ ਖੇਡੀ ਜਾਂਦੀ ਹੈ ਅੱਡੀ ਛੜੱਪਾ ਖੇਡ ਕਿੰਨੀਆਂ ਟੋਲੀਆਂ ਵਿੱਚ ਖੇਡੀ ਜਾਂਦੀ ਹੈ ਤਾਂ ਆਪਣਾ ਇਸ ਕੁਐਸਚਨ ਦਾ ਸਹੀ ਉੱਤਰ ਹੈ ਜੀ অপਸ਼ਨ C ਦੋ ਟੋਲੀਆਂ ਦੇ ਵਿੱਚ ਖੇਡੀ ਜਾਂਦੀ ਹੈ ਜੀ ਅੱਡੀ ਛੜੱਪਾ ਖੇਡ ਇਸ ਤਰ੍ਹਾਂ ਆਪਣੀ অপਸ਼ਨ C கரੈਕਟ ਹੈ ਜੀ ਅਗਲਾ ਪ੍ਰਸ਼ਨ ਲੈਂਦੇ ਹਾਂ ਜੀ ਪੀਚੋ ਬੱਕਰੀ ਖੇਡ ਦਾ ਦੂਸਰਾ ਨਾਮ ਕੀ ਹੈ? ਆਪਾਂ ਨੇ ਦੱਸਣਾ ਹੈ ਜੀ ਪੀਚੋ ਬੱਕਰੀ ਖੇਡ ਦਾ ਦੂਸਰਾ ਨਾਮ ਕੀ ਹੈ? ਤਾਂ ਆਪਣਾ ਇਸ ਕੁਐਸਚਨ ਦਾ ਰਾਈਟ ਆਨਸਰ ਹੈ ਜੀ। ਆਪਸ਼ਨ ਡੀ ਏ ਅਤੇ ਬੀ ਦੋਵੇਂ ਆਪਸ਼ਨਸ ਬਿਲਕੁਲ ਕਰੈਕਟ ਨੇ ਜੀ। ਪੀਚੋ ਬੱਕਰੀ ਖੇਡ ਨੂੰ ਅੱਡੀ ਟੱਪਾ ਵੀ ਕਿਹਾ ਜਾਂਦਾ ਹੈ ਅਤੇ ਸਮੁੰਦਰ ਪਟੜਾ ਵੀ ਕਿਹਾ ਜਾਂਦਾ ਹੈ ਜੀ। ਇਸ ਤਰ੍ਹਾਂ ਆਪਣੀ ਆਪਸ਼ਨ ਡੀ ਇਸ ਕੁਐਸਚਨ ਦੇ ਅਕੋਰਡਿੰਗ ਬਿਲਕੁਲ ਕਰੈਕਟ ਹੈ ਜੀ। ਅਗਲਾ ਪ੍ਰਸ਼ਨ ਲੈਂਦੇ ਹਾਂ ਜੀ। ਹੇਟ ਲਿਖਿਆਂ ਵਿੱਚੋਂ ਸ਼ੂਹਣ ਵਾਲੀ ਖੇਡ ਕਿਹੜੀ ਹੈ ਇਹਨਾਂ ਦੇ ਵਿੱਚੋਂ ਸ਼ੂਹਣ ਵਾਲੀ ਖੇਡ ਕਿਹੜੀ ਹੈ ਜੀ ਦੱਸਣਾ ਹੈ ਤਾਂ ਆਪਣਾ ਇਸ ਕੁਐਸਚਨ ਦਾ ਸਹੀ ਉੱਤਰ ਹੈ ਜੀ ਆਪਸ਼ਨ ਏ ਅੰਮ੍ਰਿਤ ਬ੍ਰਿਛ ਜਿਹੜੀ ਖੇਡ ਹੈ ਜੀ ਇਹਨਾਂ ਦੇ ਵਿੱਚੋਂ ਇਹ ਸ਼ੂਹਣ ਵਾਲੀ ਖੇਡ ਹੈ ਜੀ ਇਸ ਤਰ੍ਹਾਂ ਆਪਣੀ ਆਪਸ਼ਨ ਏ ਕਰੈਕਟ ਹੈ ਜੀ ਨੈਕਸਟ ਕੁਐਸਚਨ ਲੈਂਦੇ ਹਾਂ ਜੀ ਕਹਨਾ ਕਹਨਾ ਸ਼ੇਰ ਜਵਾਨਾ ਕਿਹੋ ਜਿਹੀ ਲੋਕ ਖੇਡ ਹੈ ਆਪਣੇ ਦੱਸਣਾ ਹੈ ਜੀ ਇਹਨਾਂ ਦੇ ਵਿੱਚੋਂ ਕਿਹੋ ਜਿਹੀ ਲੋਕ ਖੇਡ ਹੈ ਜੀ ਕਹਾਨਾ ਕਹਾਨਾ ਸ਼ੇਰ ਜਵਾਨਾ ਤਾਂ ਆਪਣਾ ਇਸ ਕੁਸ਼ਚਨ ਦਾ ਸਹੀ ਉੱਤਰ ਹੈ ਜੀ অপਸ਼ਨ ਬੀ ਭਾਰ ਚੁੱਕਣ ਵਾਲੀ ਖੇਡ ਹੈ ਜੀ ਕਹਾਨਾ ਕਹਾਨਾ ਸ਼ੇਰ ਜਵਾਨਾ ਇਸ ਤਰ੍ਹਾਂ ਆਪਣੀ অপਸ਼ਨ ਬੀ ਕਰੈਕਟ ਹੈ ਜੀ ਅਗਲਾ ਪ੍ਰਸ਼ਨ ਲੈਂਦੇ ਹਾਂ ਜੀ ਹੇਠ ਲਿਖਿਆਂ ਵਿੱਚੋਂ ਮੁੰਡੇ ਕੁੜੀਆਂ ਦੀ ਸਾਂਝੀ ਖੇਡ ਕਿਹੜੀ ਹੈ ਇਹਨਾਂ ਦੇ ਵਿੱਚੋਂ ਮੁੰਡੇ ਕੁੜੀਆਂ ਦੀ ਸਾਂਝੀ ਖੇਡ ਕਿਹੜੀ ਹੈ ਜੀ ਤਾ ਆਪਣਾ ਇਸ ਕੁਐਸਚਨ ਦਾ ਸਹੀ ਉੱਤਰ ਹੈ ਜੀ ਆਪਸ਼ਨ ਡੀ ਉਪਰੋਕਤ ਸਾਰੇ ਜਿਹੜੀਆਂ ਆਪਸ਼ਨਸ ਨੇ ਬਿਲਕੁਲ ਕਰੈਕਟ ਨੇ ਜੀ ਇਹ ਤਿੰਨੋਂ ਹੀ ਮੁੰਡੇ ਕੁੜੀਆਂ ਦੇ ਸਾਂਝੀਆਂ ਖੇਡਾਂ ਨੇ ਜਿਵੇਂ ਕਿ ਮੇਰੇ ਕੋਠੇ ਤੇ ਕੌਣ ਖੰਗਿਆ ਬਿੱਲੀ ਮਾਸੀ ਢਾਰ ਤੋੜ ਇਸ ਤਰ੍ਹਾਂ ਇਸ ਕੁਐਸਚਨ ਦੇ ਅਕੋਰਡਿੰਗ ਆਪਣੀ ਆਪਸ਼ਨ ਡੀ ਕਰੈਕਟ ਹੈ ਜੀ ਅਗਲਾ ਪ੍ਰਸ਼ਨ ਲੈਂਦੇ ਹਾਂ ਜੀ ਪਿੰਡਾਂ ਦੇ ਮੇਲਿਆਂ ਵਿੱਚ ਕਿਹੜੀ ਖੇਡ ਖੇਡੀ ਜਾਂਦੀ ਹੈ ਆਪਾਂ ਨੇ ਦੱਸਣਾ ਹੈ ਜੀ ਆਮ ਤੌਰ ਤੇ ਜਿਹੜੇ ਪਿੰਡਾਂ ਦੇ ਵਿੱਚ ਮੇਲੇ ਲੱਗਦੇ ਹਨ ਉਹਨਾਂ ਦੇ ਵਿੱਚ ਕਿਹੜੀ ਖੇਡ ਖੇਡੀ ਜਾਂਦੀ ਹੈ ਤਾਂ ਆਪਣਾ ਇਸ ਕੁਐਸਚਨ ਦਾ ਸਹੀ ਉੱਤਰ ਹੈ ਜੀ ਆਪਸ਼ਨ ਡੀ ਉਪਰੋਕਤ ਸਾਰੇ ਜਿਹੜੀਆਂ ਆਪਸ਼ਨਸ ਕਰੈਕਟ ਨੇ ਜੀ ਪਿੰਡਾਂ ਦੇ ਮੇਲਿਆਂ ਦੇ ਵਿੱਚ ਕੁਸ਼ਤੀ ਕਬੱਡੀ ਰੱਸਾ ਕਸ਼ੀ ਇਸ ਤਰ੍ਹਾਂ ਦੇ ਜਿਹੜੀਆਂ ਖੇਡਾਂ ਨੇ ਉਹ ਖੇਡੀਆਂ ਜਾਂਦੇ ਨੇ ਜੀ ਇਸ ਤਰ੍ਹਾਂ ਆਪਣੀ ਆਪਸ਼ਨ ਡੀ ਕਰੈਕਟ ਹੈ ਜੀ ਨੈਕਸਟ ਕੁਐਸਚਨ ਲੈਂਦੇ ਹਾਂ ਜੀ ਕਿਹੜੀ ਖੇਡ ਕਤਾਰ ਬਣਾ ਕੇ ਖੇਡੀ ਜਾਂਦੀ ਹੈ ਇਹਨਾਂ ਦੇ ਵਿੱਚੋਂ ਕਿਹੜੀ ਖੇਡ ਕਤਾਰ ਬਣਾ ਕੇ ਖੇਡੀ ਜਾਂਦੀ ਹੈ ਤਾਂ ਆਪਣਾ ਸਹੀ ਉੱਤਰ ਹੈ ਜੀ ਆਪਸ਼ਨ ਸੀ ਉਪਰੋਕਤ ਦੋਵੇਂ ਆਪਸ਼ਨਸ ਕਰੈਕਟ ਨੇ ਜੀ ਉਠਕ ਬੈਠਕ ਅਤੇ ਨਦੀ ਕਿਨਾਰਾ ਇਹ ਦੋਵੇਂ ਖੇਡਾਂ ਕਤਾਰ ਬਣਾ ਕੇ ਖੇਡੀਆਂ ਜਾਂਦੀਆਂ ਨੇ ਜੀ ਇਸ ਤਰ੍ਹਾਂ ਆਪਣੀ ਆਪਸ਼ਨ ਸੀ ਕਰੈਕਟ ਹੈ ਜੀ ਅਗਲਾ ਪ੍ਰਸ਼ਨ ਲੈਂਦੇ ਹਾਂ ਜੀ ਹੇਠ ਲਿਖਿਆਂ ਵਿੱਚੋਂ ਬੱਚਿਆਂ ਦੀ ਲੋਕ ਖੇਡ ਕਿਹੜੀ ਹੈ ਇਹਨਾਂ ਦੇ ਵਿੱਚੋਂ ਬੱਚਿਆਂ ਦੀ ਲੋਕ ਖੇਡ ਕਿਹੜੀ ਹੈ ਜੀ ਤਾਂ ਆਪਣਾ ਇਸ ਕੁਐਸਚਨ ਦਾ ਸਹੀ ਉੱਤਰ ਹੈ ਜੀ ਆਪਸ਼ਨ ਡੀ ਉਪਰੋਕਤ ਸਾਰੇ ਜਿਹੜੀਆਂ ਆਪਸ਼ਨਸ ਕਰੈਕਟ ਨੇ ਜੀ ਖਾਨ ਕੋੜੀ ਸਮੁੰਦਰ ਤੇ ਮੱਛੀ ਕੁਕਾਂ ਕਾਂਗੜੇ ਇਹ ਸਾਰੀਆਂ ਹੀ ਬੱਚਿਆਂ ਦੇ ਲੋਕ ਖੇਡਾਂ ਨੇ ਜੀ ਇਸ ਤਰ੍ਹਾਂ ਆਪਣੀ ਆਪਸ਼ਨ ਡੀ ਕਰੈਕਟ ਹੈ ਜੀ ਫਰੈਂਡਸ ਆਪਣੀ ਅੱਜ ਦੀ ਵੀਡੀਓ ਇਸ ਦੇ ਨਾਲ ਹੀ ਸਮਾਪਤ ਹੁੰਦੀ ਹੈ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਜੀ ਨੈਕਸਟ ਵੀਡੀਓ ਲੈ ਕੇ ਜਲਦੀ ਹਾਜ਼ਰ ਹੋਵਾਂਗੇ ਥੈਂਕ ਯੂ ਫਾਰ ਵਾਚਿੰਗ